ਮੈਨੂੰ ਲੱਗਦਾ ਕਿ ਐਜ਼ ਐਨ ਐਕਟਰ ਮੇਰੀ ਵੱਖਰੀ ਸੋਚ ਹੈ, ਲੋਕਾਂ ਦੀ ਵੱਖਰੀ ਸੋਚ ਹੋਊਗੀ, ਕਿਉਂਕਿ ਲੋਕ ਇੱਕ ਕਿਰਦਾਰ ਨੂੰ ਗੰਦਾ, ਮਾੜਾ, ਚੰਗਾ ਇਹ ਨਿਗਾਹ ਦੇ ਨਾਲ ਦੇਖ ਲੈਂਦੇ ਨੇ ਵੀ ਅੱਛਾ ਜੀ ਉਸ ਕੁੜੀ ਨੇ ਕੱਪੜੇ ਲਾ ਤੇ ਜਾਂ ਉਹਨੇ ਆਹ ਕੀਤਾ ਜਾਂ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ। ਮੇ ਵੀ ਇਸ ਫਿਲਮ ਵਾਸਤੇ ਵੀ ਬਹੁਤ ਸਾਰੇ ਲੋਕ ਟਿੱਪਣੀਆਂ ਕਰਨ ਇਸ ਚੀਜ਼ ਦੇ ਉੱਤੇ ਵੀ ਸੋਨੀਆ ਨੂੰ ਲੰਕਾ ਨਹੀਂ ਕਰਨੀ ਚਾਹੀਦੀ ਸੀਗੀ ਐਜ਼ ਪਰ ਮਾਈ ਪੋਲੀਟੀਕਲ ਇਮੇਜ ਐਂਡ ਮਾਈ ਐਕਟਿੰਗ ਇਮੇਜ ਮਾਈ ਸੋਸ਼ਲ ਵਰਕ ਐਂਡ ਆਲ ਦੈਟ, ਬਟ ਆਈ ਡੋਂਟ ਬੋਦਰ। ਆਈ ਐਕਚੁਲੀ ਥਿੰਕ ਆਫ ਕਿ ਮੈਂ ਸੋਨੀਆ ਮਾਨ ਦੇ ਪਿੱਛੇ ਇੱਕ ਐਕਟਰ ਹਾਂ, ਬਿਕਾਜ਼ ਮੇਰੇ ਅੰਦਰ ਜੋ ਹੈ ਮੈਂ ਉਹ ਕਰੂੰਗੀ, ਮੈਨੂੰ ਚੰਗਾ ਲੱਗਦਾ ਅਲੱਗ ਅਲੱਗ ਕਿਰਦਾਰ ਕਰਨਾ ਅਤੇ ਮੈਂ ਉਹ ਕਰੂੰਗੀ, ਰਾਈਟ। ਸੋ ਐਕਟਰ ਜਿਹੜਾ ਆ ਉਹ ਕਦੀ ਵੀ ਖੁਦ ਨਹੀਂ ਹੁੰਦਾ ਜਦੋਂ ਕੈਮਰੇ ਦੇ ਸਾਹਮਣੇ ਹੁੰਦਾ, ਜਦੋਂ ਕੋਈ ਕਿਰਦਾਰ ਨਿਭਾ ਰਿਹਾ ਹੁੰਦਾ ਉਹ ਹੁੰਦਾ ਹੈ, ਬਟ ਇਹ ਉਹ ਲੋਕ ਨਹੀਂ ਸਮਝਣਗੇ।